ਜਿਹੜਾ ਲੋਕਾਂ ਦੇ ਨਾਲ ਠੱਗੀਆਂ ਮਾਰਨ ਰਿਹਾ ਹੈ, ਲੋਕਾਂ ਦੇ ਪੈਸੇ ਡਬਲ ਤੇ ਟ੍ਰਿਪਲ ਕਰਨ ਦੇ ਨਾਂ ਤੇ ਉਹਨਾਂ ਨੂੰ ਜਾਅਲੀ ਕਰੰਸੀ ਸਪਲਾਈ ਕਰਨ ਰਿਹਾ ਹੈ। ਉਹਦੇ ਬਾਅਦ ਮਾਨਯੋਗ SSP ਸਾਹਿਬ ਕਪੂਰਥਲਾ ਨੇ ਇੱਕ ਸਪੈਸ਼ਲ ਟੀਮ ਬਣਾਈ, ਜਿਹਦੇ ਬਾਅਦ ਅਸੀਂ ਕਾਰਵਾਈ ਕਰਦੇ ਹੋਏ FIR ਨੰਬਰ 123 ਥਾਣਾ ਸੁਬਾਨਪੁਰ ਦਰਜ ਕੀਤੀ ਹੈ, ਜਿਹਦੇ ਵਿੱਚ ਅਸੀਂ ਕਾਰਵਾਈ ਦੌਰਾਨ ਨਕਲੀ ਨੋਟਾਂ ਦੀ ਛਪਾਈ ਵਿੱਚ ਵਰਤੋਂ ਜਾਣ ਵਾਲੇ ਰਸਾਇਣ, ਲਿਖਤੀ ਕਾਗਜ਼ਾਂ ਤੇ 30 ਪੈਕਟ ਅਸੀਂ ਫੜੇ ਹੈ। 1,47,000 ਰੁਪਏ ਕੀਮਤ ਦੇ 2,000 ਰੁਪਏ ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹੈ। ਕੈਮੀਕਲ ਪਾਊਡਰ ਦੇ ਨਾਲ ਕੈਮੀਕਲ ਤਰਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਹੈ। ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੀਆਂ ਜਾਣ ਵਾਲੀਆਂ ਸਕੋਟਾ ਅਤੇ ਵਰਨਾ ਕਾਰਾਂ ਅਤੇ ਮਹਿੰਦਰਾ ਸਕੋਰਪੀਓ ਸਮੇਤ 3 ਵਾਹਨ ਵੀ ਜ਼ਬਤ ਕੀਤੇ ਗਏ ਹਨ। ਉਹਦੇ ਬਾਅਦ ਹੁਣ ਅਸੀਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਜਿਹੜੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਸਾਡੀ ਛਾਪੇਮਾਰੀ ਜਾਰੀ ਨੇ ਤੇ ਹੁਣ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਨੇ। ਉਹਦੇ ਬਾਅਦ ਮਾਨਯੋਗ SSP ਸਾਹਿਬ ਕਪੂਰਥਲਾ ਨੇ ਇੱਕ ਸਪੈਸ਼ਲ ਟੀਮ ਬਣਾਈ, ਜਿਹਦੇ ਬਾਅਦ ਅਸੀਂ ਕਾਰਵਾਈ ਕਰਦੇ ਹੋਏ FIR ਨੰਬਰ 123 ਥਾਣਾ ਸੁਬਾਨਪੁਰ ਦਰਜ ਕੀਤੀ ਹੈ, ਜਿਹਦੇ ਵਿੱਚ ਅਸੀਂ ਕਾਰਵਾਈ ਦੌਰਾਨ ਨਕਲੀ ਨੋਟਾਂ ਦੀ ਛਪਾਈ ਵਿੱਚ ਵਰਤੋਂ ਜਾਣ ਵਾਲੇ ਰਸਾਇਣ, ਲਿਖਤੀ ਕਾਗਜ਼ਾਂ ਤੇ 30 ਪੈਕਟ ਅਸੀਂ ਫੜੇ ਹੈ। 1,47,000 ਰੁਪਏ ਕੀਮਤ ਦੇ 2,000 ਰੁਪਏ ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹੈ। ਕੈਮੀਕਲ ਪਾਊਡਰ ਦੇ ਨਾਲ ਕੈਮੀਕਲ ਤਰਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਹੈ। ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੀਆਂ ਜਾਣ ਵਾਲੀਆਂ ਸਕੋਟਾ ਅਤੇ ਵਰਨਾ ਕਾਰਾਂ ਅਤੇ ਮਹਿੰਦਰਾ ਸਕੋਰਪੀਓ ਸਮੇਤ 3 ਵਾਹਨ ਵੀ ਜ਼ਬਤ ਕੀਤੇ ਗਏ ਹਨ। ਉਹਦੇ ਬਾਅਦ ਹੁਣ ਅਸੀਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਜਿਹੜੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਸਾਡੀ ਛਾਪੇਮਾਰੀ ਜਾਰੀ ਨੇ ਤੇ ਹੁਣ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਨੇ।